ਸਿਲੰਡਰ ਚੈੱਕ ਕਰਦੇ ਪਏ ਭਰੇ ਸੀਗੇ ਖਾਲੀ ਸੀਗੇ ਮੈਂ ਉੱਪਰ ਗੱਡੀ 'ਤੇ ਜਦੋਂ ਚੜ੍ਹਿਆ ਸਿਲੰਡਰ ਚਾੜਨ ਦੇਖਣ ਲਈ ਭਰਿਆ ਤਾਂ ਖਾਲੀ ਸੀ ਮੈਂ ਹਜੇ ਗੱਡੀ 'ਚ ਚੜ੍ਹਿਆ ਮੇਰੇ ਨਾਲ ਦਾ ਮੁੰਡਾ ਕਹਿੰਦਾ ਖਾਲੀ ਹੈ ਇੱਕ ਸਿਲੰਡਰ ਨੂੰ ਥੱਲੇ ਲਾ ਦਈਏ ਅਸੀਂ ਖਾਲੀ ਥੱਲੇ ਲਾ ਤਾ ਸੀਗੇ ਇੱਕ ਸਿਲੰਡਰ ਸੀਗਾ ਜਿਹੜਾ ਅਤੇ ਅਸੀਂ ਮੈਂ ਜਦੋਂ ਦੂਜਾ ਚੜ੍ਹ ਕੇ ਸਿਲੰਡਰ ਦੇਖਣ ਲੱਗਾ ਅਤੇ ਨਾਲ ਹੀ ਮੈਂ ਉੱਪਰ ਚੜ੍ਹਿਆ ਸੀਗਾ ਅਤੇ ਨਾਲ ਹੀ ਦੇਖਿਆ ਮੈਂ ਉੱਪਰ ਆ ਸਿਲੰਡਰ ਸਾਈਡ 'ਤੇ ਜਿਹੜਾ ਪਿਆ ਸੀ ਦੱਬਿਆ ਹੋਇਆ ਉਹ ਇੱਕਦਮ ਹੀ ਪਾਟ ਗਿਆ ਜੀ ਉਹ ਥੱਲੇ ਗੱਡੀ ਅਤੇ ਕਿੱਥੋਂ ਇਹ ਲੋਡ ਕੀਤਾ ਸੀਗਾ ਮਾਲ ਇਹ ਬੀ ਓ ਸੀ ਤੋਂ ਸਵੇਰੇ ਮਾਲ ਮੁੰਡੇ ਲੋਡ ਕਰਕੇ ਲੈ ਕੇ ਆਇਆ ਸੀ ਮੈਂ ਥੋੜ੍ਹਾ ਲੇਟ ਆਇਆ ਸੀਗਾ ਜੀ ਅਤੇ ਕਿੰਨੇ ਕੁ ਸਿਲੰਡਰ ਲੋਡ ਸੀਗੇ ਗੱਡੀ 'ਚ ਇਹਦੇ ਵਿੱਚ 20 ਕੁ ਸਿਲੰਡਰ ਸੀ ਅਤੇ ਕਿੰਨੇ ਵਜੇ ਹਾਦਸਾ ਕਿੰਨੇ ਵਜੇ ਹੋਇਆ ਮੈਂ 2 ਕੁ ਵਜੇ ਹੋਏ ਜੀ ਅਤੇ ਇਹਦੇ ਵਿੱਚ ਕੀ ਨੁਕਸਾਨ ਕੀ ਹੋਇਆ ਮੇਰੇ ਨਾਲ ਦੇ ਮੁੰਡੇ ਦੀ ਮੌਤ ਹੋ ਗਈ ਸ਼ਾਮੀ 4:30 ਵਜੇ ਨਾ ਫੇਸ ਇਹਦੇ ਵਿੱਚ ਸ਼੍ਰੀ ਗਣੇਸ਼ ਫੈਕਟਰੀ ਦੇ ਬਾਹਰ ਬਲੈਰੋ ਗੱਡੀ ਦੇ ਵਿੱਚ 2 ਕਰਮਚਾਰੀ ਸ਼ਿਮਲਾਪੁਰੀ ਤੋਂ ਸੁਪਰ ਗੈਸ ਕੰਪਨੀ ਦੇ ਬਲੈਰੋ ਗੱਡੀ ਦੇ ਵਿੱਚ ਕਾਰਬਨ ਡਾਈਆਕਸਾਈਡ ਦੇ ਸਿਲੰਡਰ ਲੈ ਕੇ ਆਏ ਸੀਗੇ ਜਦੋਂ ਉੱਥੇ ਉਹ ਸਿਲੰਡਰਾਂ ਦੀ ਅਲਟਾ ਪਲਟੀ ਕਰਨ ਲੱਗੇ ਸੀਗੇ ਉਸ ਦੌਰਾਨ ਇੱਕ ਸਿਲੰਡਰ ਫਟ ਗਿਆ ਜਿਸ ਨਾਲ ਇੱਕ ਕਰਮਚਾਰੀ ਦੀ ਮੌਤ ਹੋ ਗਈ ਹੈ ਅਤੇ ਇੱਕ ਬਿਲਕੁਲ ਠੀਕ ਠਾਕ ਹੈ ਜਿਸ ਦੀ ਮੌਤ ਹੋਈ ਉਹ ਗੁਰਦੀਪ ਸਿੰਘ ਉਰਫ ਦੀਪਾ ਜਿਸ ਦੀ ਡੈੱਡ ਬੋਡੀ ਨੂੰ ਮੋਚਰੀ ਦੇ ਵਿੱਚ ਲਿਖਾਇਆ ਗਿਆ ਅਤੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਹਮ ਚੱਲਿਆ